ਨਹੀਂ ਲੁਕਣੇ ਸੱਜਣਾ ਨੈਣ ਇੱਕ ਵਾਰੇ। ਸਤਿ ਸ਼੍ਰੀ ਅਕਾਲ ਕੈਲੀ ਜੀ, ਪਹਿਲੀ ਵਾਰ ਦੇਖਿਆ ਕੈਲੀ ਚੁੰਨੀ 'ਚ, ਬਾਹਲੀ ਸੋਹਣੀ ਲੱਗਦੀ ਆ। ਵੇ ਤੂੰ ਕੀ ਕੈਲੀ ਕੈਲੀ ਕਰਦਾ ਰਹਿੰਦਾ ਸਾਰੀ ਦਿਹਾੜੀ, ਕੈਲੀ ਦੇ ਚੱਕਰਾਂ 'ਚ ਛੜਾ ਨਾ ਰਹਿ ਜੀ। ਕੈਲੀ ਦਾ ਜਵਾਕਾਂ ਵਾਲੀ ਆ, ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ। ਨਾਲੇ ਟ੍ਰੇਲਰ ਆ ਗਿਆ ਛੜੇ ਦਾ, ਚੈੱਕ ਕਰਿਓ, ਕੈਲੀ ਨੂੰ ਮੈਂ ਆਪ ਹੀ ਸਾਂਭ ਲੈਂਦਾ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਤੇ ਮੈਂ ਆਰ ਜੇ ਕੰਬਲ। ਸਾਡੇ ਘਰ ਨਾ 3-4 ਮਹੀਨਿਆਂ ਤੋਂ ਬਹੁਤ ਹੀ ਰੌਲਾ ਪੈ ਰਿਹਾ। ਮੰਮੀ ਕਹਿ ਰਿਹਾ ਪੁੱਤ ਵਿਆਹ ਕਰਾ ਲਾ, ਵਿਆਹ ਕਰਾ ਲਾ, ਵਿਆਹ ਕਰਾ ਲਾ, ਤੇ ਮੈਂ ਨਿੱਤ ਨਵਾਂ ਬਹਾਨਾ, ਮੰਮੀ ਹਜੇ ਉਮਰ ਨਹੀਂ ਹੋਈ, ਮੈਂ ਨਿਆਣਾ ਜਾਂ ਇੱਦਾਂ ਜਾਂ ਉੱਦਾਂ। ਪਰ ਅੱਜ ਨਾ ਮੈਨੂੰ ਇੱਕ ਬਹੁਤ ਵਧੀਆ ਬਹਾਨਾ ਮਿਲਿਆ। ਕਹਿੰਦੇ ਨਾ ਵੀ ਜਿਹੜੇ ਰਿਸ਼ਤਿਆਂ ਦੀ ਸਾਨੂੰ ਲੋੜ ਹੁੰਦੀ ਆ ਉਹ ਤਾਂ ਰੱਬ ਆਪ ਬਣਾ ਕੇ ਭੇਜਦਾ, ਆ ਜਿਹੜਾ ਹਸਬੈਂਡ ਵਾਈਫ ਵਾਲਾ ਰਿਸ਼ਤਾ ਨਾ, ਇਹ ਤਾਂ ਆਪਾਂ ਆਪਣੇ ਮਤਲਬ ਲਈ ਸਿਆਪਾ ਆਪਣੇ ਗਲ ਵਿੱਚ ਪਾਇਆ, ਤੇ ਇਹ ਜਿਹੜਾ ਮੈਨੂੰ ਬਹਾਨਾ ਦਿੱਤਾ ਨਾ, ਇਹ ਦਿੱਤਾ ਜੀ ਦਲਜੀਤ ਦੋਸਾਂਝ ਨੇ। ਹਾਂਜੀ, ਮੈਂ ਗੱਲ ਕਰ ਰਿਹਾ ਛੜੇ ਮੂਵੀ ਦੇ ਟ੍ਰੇਲਰ ਦੀ। ਅੱਜ ਛੜੇ ਮੂਵੀ ਦਾ ਟ੍ਰੇਲਰ ਲਾਂਚ ਹੋ ਚੁੱਕਾ ਜੀ, ਤੇ ਜਿਹਦੇ ਵਿੱਚ ਦਲਜੀਤ ਦੋਸਾਂਝ ਜੀ ਮੇਨ ਲੀਡ ਦੇ ਵਿੱਚ ਆ, ਤੇ ਉਹਨਾਂ ਦੇ ਨਾਲ ਨੇ ਜੀ ਨੀਰੂ ਬਾਜਵਾ। ਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਆ ਕਿਸਮਤ ਫਿਲਮ ਦੇ ਡਾਇਰੈਕਟਰ ਜਗਦੀਪ ਸਿੱਧੂ ਜੀ ਨੇ, ਤੇ ਉਹਨਾਂ ਨੇ ਹੀ ਇਸ ਫਿਲਮ ਦੀ ਕਹਾਣੀ ਲਿਖੀ ਹੋਈ ਆ। ਸਾਨੂੰ ਤਾਂ ਬਹੁਤ ਜ਼ਿਆਦਾ ਇੰਤਜ਼ਾਰ ਆ ਜੀ 21 ਜੂਨ ਦਾ, ਕਿਉਂਕਿ 21 ਜੂਨ ਨੂੰ ਪੰਜਾਬ ਦੀ ਸੁਪਰ ਡੁਪਰ ਹਿੱਟ ਜੋੜੀ ਨੀਰੂ ਬਾਜਵਾ ਤੇ ਦਲਜੀਤ ਦੋਸਾਂਝ ਇੱਕ ਵਾਰੀ ਫੇਰ ਸਿਨੇਮਾ ਘਰਾਂ ਦੇ ਵਿੱਚ ਰੌਣਕਾਂ ਲਾਉਣ ਲਈ ਆ ਰਹੇ ਆ। ਤੇ ਤੁਸੀਂ ਵੀ ਚੈੱਕ ਕਰੋ ਯੂਟਿਊਬ ਦੇ ਉੱਤੇ ਜ਼ੀ ਮਿਊਜ਼ਿਕ ਕੰਪਨੀ ਦਾ ਚੈਨਲ, ਤੇ ਦੇਖੋ ਛੜਾ ਮੂਵੀ ਦਾ ਟ੍ਰੇਲਰ, ਤੇ ਇਦਾਂ ਦੀਆਂ ਹੋਰ ਘੈਂਟ ਘੈਂਟ ਖਬਰਾਂ ਨਿਊਜ਼ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬੀ ਟੇਸ਼ਨ, ਤੇ ਪੰਜਾਬੀ ਟੇਸ਼ਨ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੇ ਲਾਸਟ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਉਹ ਕੁੱਤਾ ਹੋਊ ਜਿਹੜਾ ਵਿਆਹ ਕਰਾਵੇ।